गुरबाणी दिया वीडियोस देखने लिए साडे चैनल नु सब्सक्राइब करो ते आइकन बेल दा बटन भी जरूर दबाओ जी। क्या जानदा है कि सुख अते दुख जिंदगी दे ही दो पहलू हन। ਤਾਂ ਜਿਸ ਤਰ੍ਹਾਂ ਅਸੀਂ ਸੁੱਖ ਆਉਂਦਾ ਹੈ ਤਾਂ ਬੜੇ ਖੁਸ਼ ਹੁੰਦੇ ਹਾਂ, ਰੱਬ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਤੂੰ ਸਾਡੀ ਸੁਣ ਲਈ, ਸਾਡੀ ਜ਼ਿੰਦਗੀ ਵਿੱਚ ਹੁਣ ਬਸ ਇਸ ਤਰ੍ਹਾਂ ਹੀ ਖੁਸ਼ੀਆਂ ਦੇਣਾ ਹੈ ਨਾ, ਇਸ ਤਰ੍ਹਾਂ ਹੀ ਕਰਦੇ ਹਾਂ ਆਪਾਂ। ਪਰ ਜਿੱਥੇ ਇੱਕ ਦਿਨ ਵੀ ਜੇ ਸਾਨੂੰ ਕੋਈ ਦੁੱਖ ਮਿਲ ਜਾਂਦਾ ਹੈ, ਅਚਾਨਕ ਸਾਡੇ ਉੱਤੇ ਕੋਈ ਮੁਸੀਬਤ ਆ ਜਾਂਦੀ ਹੈ, एकदम ही साड़ी अरदास बदल जाती है। असी सच्चे पातशाह वाहेगुरु नूं कहण लग जाते हाँ कि साढ़े तो की गलती हो गई, इन्ना दुख क्यों देता वाहेगुरु जी, सच्चे पातशाह तुसी इस तरह क्यों किया साढ़े नाल, हुण तुसी ही साढ़े हो, ऐ तू ठीक करो, इस तरह आप कहण लग जाते हैं। पर गुरबाणी विच भी समझाया गया है कि सुख ਨੂੰ ਜਿਸ ਤਰ੍ਹਾਂ ਐਕਸੈਪਟ ਕਰਦੇ ਹੋ ਉਸੇ ਤਰ੍ਹਾਂ ਦੁੱਖ ਨੂੰ ਵੀ ਐਕਸੈਪਟ ਕਰੋ ਖੁਸ਼ ਹੋ ਕੇ। ਹੁਣ ਤੁਸੀਂ ਕਹੋਗੇ ਇਹ ਕੀ ਮਤਲਬ ਹੈ, ਖੁਸ਼ ਹੋ ਕੇ ਦੁੱਖ ਨੂੰ ਕਿਵੇਂ ਐਕਸੈਪਟ ਕਰੀਏ। ਇੱਕ ਵਾਰੀ ਇੱਕ ਔਰਤ ਸੀ, ਉਹਦਾ ਬੱਚਾ ਮੁਹੱਲੇ ਵਿੱਚ ਖੇਲ ਰਿਹਾ ਸੀ ਅਤੇ ਦੂਸਰੇ ਵੀ ਲੋਕਾਂ ਦੇ ਜੇ ਮੁਹੱਲੇ ਵਿੱਚ ਲੋਕਾਂ ਦੇ ਬੱਚੇ ਖੇਲ ਰਹੇ ਸੀ, ਖੇਲਦੇ ਹੈ ਲੋਕ, ਅਤੇ ਉਹਨੇ ਜਾ ਕੇ ਦੇਖਿਆ ਕਿ ਹਾਂ ਬੱਚੇ ਸਭ ਮਿਲ ਕੇ, ਉਹਦਾ ਬੱਚਾ ਵੀ, ਸਾਰੇ ਬੱਚੇ ਮਿਲ ਕੇ ਖੇਲ ਰਹੇ ਹੈ। ਉਹਨੂੰ ਬੱਚੇ ਖੇਲਦੇ ਹੋਏ ਐਵੇਂ ਕਿਲਕਾਰੀਆਂ ਮਾਰ ਰਹੇ ਸੀ, ਮਸਤੀਆਂ ਕਰ ਰਹੇ ਸੀ ਅਤੇ ਬੜੇ ਹੀ ਪਿਆਰੇ ਲੱਗ ਰਹੇ ਸੀ। ਅਤੇ ਉਹਦਾ ਦਿਲ ਕੀਤਾ ਨਾ ਕਿ ਮੈਂ ਸਾਰੇ ਬੱਚਿਆਂ ਨੂੰ ਜਾ ਕੇ ਨਾ ਇੱਕ ਇੱਕ ਟੋਫੀ ਦੇਵਾਂ, ਮਤਲਬ ਮਨ ਉਹਦਾ ਇਸ ਤਰ੍ਹਾਂ ਕੀਤਾ, ਦੇ ਸਕਦੀ ਹੈ, ਹੈ ਨਾ, ਸਭ ਉਹਦਾ ਮਨ ਕੀਤਾ ਬੱਚਿਆਂ ਨੂੰ ਦੇਣਾ ਕਿ ਟੋਫੀ ਦੇਵਾਂ ਜਾਂ ਕੋਈ ਮਿਠਾਈ ਦੇਵਾਂ, ਅਤੇ ਉਹਦਾ ਮਨ ਕੀਤਾ ਅਤੇ ਉਹਨੇ ਜਾ ਕੇ ਸਾਰੇ ਬੱਚਿਆਂ ਨੂੰ ਇੱਕ ਇੱਕ ਟੋਫੀ ਦੇ ਦਿੱਤੀ। ਬੱਚੇ ਬੜੇ ਖੁਸ਼ ਹੋ ਗਏ, ਆਂਟੀ ਥੈਂਕ ਯੂ ਬੋਲਣ ਲੱਗ ਗਏ, ਜਿਸ ਤਰ੍ਹਾਂ ਕਿ ਆਪਾਂ ਵੀ ਬੋਲਦੇ ਹਾਂ ਨਾ ਵਾਹਿਗੁਰੂ ਨੂੰ, ਹੁਣੇ ਹੀ ਮੈਂ ਤੁਹਾਨੂੰ ਦੱਸਿਆ ਬਹੁਤ ਵਧੀਆ ਘਰ ਵਿੱਚ ਸਾਡੇ ਹੋ ਜਾਵੇ ਅਤੇ ਅਸੀਂ ਸ਼ੁਕਰਾਨਾ ਕਰਨ ਲੱਗ ਜਾਂਦੇ ਹਾਂ। ਅਤੇ ਬੱਚੇ ਬੜੇ ਖੁਸ਼ ਹੋ ਗਏ ਅਤੇ ਬੱਚਿਆਂ ਨੂੰ ਖੇਡਦੇ ਛੱਡ ਕੇ ਉਹ ਆਪਣਾ ਕੰਮ ਕਰਨ ਲਈ ਆਪਣੇ ਘਰ ਚਲੀ ਗਈ। ਅੱਧੇ ਘੰਟੇ ਬਾਅਦ ਆਪਣੇ ਘਰ ਦਾ ਕੰਮ ਮੁਕਾ ਕੇ ਜਦੋਂ ਵਾਪਿਸ ਆਉਂਦੀ ਹੈ, ਦੇਖਦੀ ਹੈ ਕਿ ਮੇਰਾ ਬੱਚਾ ਕਿਵੇਂ ਹੈ, ਕੀ ਕਰ ਰਹੇ ਹੈ ਬੱਚੇ, ਅਤੇ ਜਿਵੇਂ ਹੀ ਬੱਚਿਆਂ ਨੂੰ ਦੇਖਦੀ ਹੈ ਅਤੇ ਉਹ ਉਸਨੂੰ ਬੜਾ ਗੁੱਸਾ ਆਉਂਦਾ ਹੈ। ਕਿਉਂ ਗੁੱਸਾ ਆਉਂਦਾ ਹੈ? ਕਿਉਂਕਿ ਬੱਚੇ ਨਾ ਬਹੁਤ ਹੀ ਇੱਕ ਦੂਸਰੇ ਨਾਲ ਲੜ ਰਹੇ ਹਨ, ਬਦਤਮੀਜ਼ੀ ਕਰ ਰਹੇ ਹਨ, ਇਸ ਤਰ੍ਹਾਂ ਚੀਜ਼ਾਂ ਨੂੰ ਤੋੜ ਰਹੇ ਹਨ। ਇਹ ਦੇਖ ਕੇ ਉਹਨੂੰ ਬੜਾ ਹੀ ਗੁੱਸਾ ਆਇਆ, ਉਹਦਾ ਦਿਲ ਕੀਤਾ ਨਾ ਕਿ ਜਾ ਕੇ ਨਾ ਇਹਨਾਂ ਬੱਚਿਆਂ ਨੂੰ ਜਾ ਕੇ ਇੱਕ ਇੱਕ ਥੱਪੜ ਲਗਾ ਦੇਵਾਂ। ਹੁਣ ਦੇਖੋ, ਪਹਿਲੇ ਉਹਦਾ ਮਨ ਕੀਤਾ ਕਿ ਅੱਛਾ ਕੰਮ ਕਰ ਰਹੀ ਸੀ, ਮਿਲ ਕੇ ਖੇਲ ਰਹੀ ਸੀ ਕਿ ਇੱਕ ਇੱਕ ਟੋਫੀ ਦੇ ਦੇਵਾਂ, ਅਤੇ ਹੁਣ ਜਦੋਂ ਆਈ ਤਾਂ ਦੇਖਿਆ ਕਿ ਬਦਤਮੀਜ਼ੀ ਕਰ ਰਹੇ ਸੀ ਅਤੇ ਉਹਦਾ ਮਨ ਕੀਤਾ ਕਿ ਮੈਂ ਇੱਕ ਇੱਕ ਇਹਨਾਂ ਨੂੰ ਥੱਪੜ ਲਗਾ ਦੇਵਾਂ। ਹੁਣ ਮੈਂ ਤੁਹਾਡੇ ਤੋਂ ਇਹ ਸਵਾਲ ਕਰਦੀ ਹਾਂ ਕਿ ਟੋਫੀ ਤਾਂ ਉਹਨੇ ਸਾਰੇ ਬੱਚਿਆਂ ਨੂੰ ਦੇ ਦਿੱਤੀ ਜਦੋਂ ਉਹਦਾ ਮਨ ਖੁਸ਼ ਹੋਇਆ, ਅਤੇ ਹੁਣ ਜਦੋਂ ਥੱਪੜ ਮਾਰਨ ਦੀ ਵਾਰੀ ਹੈ ਤਾਂ ਕੀ ਉਹ ਮੁਹੱਲੇ ਦੇ ਸਾਰੇ ਬੱਚਿਆਂ ਨੂੰ ਥੱਪੜ ਮਾਰ ਸਕਦੀ ਹੈ? ਨਹੀਂ ਮਾਰ ਸਕਦੀ। ਕਿਹਨੂੰ ਮਾਰ ਸਕਦੀ ਹੈ? ਸਿਰਫ ਆਪਣੇ ਬੱਚੇ ਨੂੰ, ਸਿਰਫ ਆਪਣੇ ਬੱਚੇ ਉੱਤੇ ਉਹਦਾ ਹੱਕ ਹੈ, ਉਹਨੂੰ ਜਾ ਕੇ ਥੱਪੜ ਮਾਰ ਸਕਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਸਾਨੂੰ ਸਾਡੀ ਗਲਤੀ 'ਤੇ ਥੱਪੜ ਮਾਰਦੇ ਹਨ। ਥੱਪੜ ਦਾ ਮਤਲਬ ਇੱਥੇ ਹੁਣ ਕੀ ਹੈ ਕਿ ਸਾਨੂੰ ਕੋਈ ਦੁੱਖ ਆਉਂਦਾ ਹੈ ਅਤੇ ਉਹ ਸਾਨੂੰ ਆਪਣਾ ਸਮਝਦੇ ਹਨ, ਤਾਂ ਹੀ ਉਹ ਸਾਨੂੰ ਦੁੱਖ ਦਿੱਤਾ ਹੈ, ਸਾਡੀ ਗਲਤੀ 'ਤੇ ਦਿੱਤਾ ਹੈ। ਸਾਨੂੰ ਦੁੱਖ ਨੂੰ ਤੇ ਨਹੀਂ ਆਪਣਾ ਫੋਕਸ ਕਰਨਾ, ਇਸ ਗੱਲ 'ਤੇ ਫੋਕਸ ਕਰੋ, ਇਸ ਗੱਲ 'ਤੇ ਖੁਸ਼ ਹੋਵੋ ਕਿ ਪਰਮਾਤਮਾ ਨੇ ਸਾਨੂੰ ਆਪਣਾ ਤੇ ਮੰਨਿਆ, ਪਰਮਾਤਮਾ ਨੇ ਸਾਨੂੰ ਆਪਣਾ ਬੱਚਾ ਮੰਨਿਆ, ਪਹਿਲੇ ਇਸ ਗੱਲ 'ਤੇ ਖੁਸ਼ ਹੋਵੋ। ਦੂਸਰੀ ਇਸ ਗੱਲ 'ਤੇ ਫਿਰ ਵਿਚਾਰ ਕਰੋ ਕਿ ਸਾਨੂੰ ਇਹ ਦੁੱਖ ਮਿਲਿਆ ਅਤੇ ਕਿਉਂ ਮਿਲਿਆ। ਕੋਈ ਨਾ ਕੋਈ ਤਾਂ ਅਸੀਂ ਗਲਤੀ ਕੀਤੀ ਹੋਏਗੀ ਤਾਂ ਇਹ ਦੁੱਖ ਸਾਡੇ ਕੋਲ ਆਇਆ ਹੈ।
सोचो विचारो ते अपनी गलती नू सुधारो ते उते विच वाहिगुरु परमात्मा जी ने सानू ए दुख दिता है साड़ी गलती ते ओ साड़े अंग संग सहाई होएगा। बाबा जी साड़ी गलती सुधारन विच साड़ा पूरा साथ देंगे। जिस तरह साड़े माँ प्यो साड़ी गलती ते सानू थप्पड़ मारदे ने फिर असी उन्होंने सॉरी बोलते हाँ तो सानू माफ करदे है ना, इसी तरह बाबा जी भी सानू माफ करदे है। दुख विच रोना कलपना इस तरह हाई तौबा नहीं मचानी, शांति रखनी है। तब बाबा जी साड़ी ओ मुश्किल जो दी घड़ी जो आई है उन्नू भी दूर कर देंदे हैं। इस करके सुख ते दुख दोनों नू एक समान मान के चलो तुहाडी जिंदगी विच एक इतना बदलाव आ जाएगा, इन्ना ठहराव आ जाएगा कि तुहानू अपनी जिंदगी अपनी लाइफ बड़ी ही सरल लगन लग जाएगी ते लाइफ एकदम स्मूथली चलेगी।